अपने किसान मजदूर आरती दुकानदार सारे वर्ग का एका जिहड़ा करके अज का इकट्ठ हुआ अपना अज के इकट्ठ का मकसद की आ मोदी ने तीन नवे आरती नस्ल आते किसानों और तुम डेढ़ के लिया जो मोदी पर आपां किसानों सारे जानते हैं देर आए दुरुस्त आए आप टाइम ना जागे हाँ क्योंकि जब आप बिहार के किसान की गल कर लगे अज प्रवासी मजदूर इधर आते हैं झोला ला उन्होंने पुछे झोला लागे आपके बिहार की आगे करना वो कहे धान की खेती कर वो दस दस किन्ने के मालिक मेरे भी बिहार च ਗੱਲ ਕਰ ਲਈਏ ਜਦੋਂ ਸਨ
1947 ਦੇ ਵਿੱਚ ਦੰਗੇ ਹੋਏ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਉਸ ਸਮੇਂ ਦੇ ਜਿਹੜੇ ਦੋਸ਼ੀ ਸੀ ਜਿਹਨਾਂ ਕਤਲੇਆਮ ਕੀਤਾ ਜਿਹਨਾਂ ਦੰਗੇ ਕੀਤੇ ਉਹਨਾਂ ਨੂੰ ਜੇ ਸਜ਼ਾ ਦਿੱਤੀ ਹੁੰਦੀ ਤਾਂ ਸਾਡੇ 84 ਨਹੀਂ ਸੀ ਵਾਪਰਦਾ। ਸਾਡੇ 84 ਦੇ ਵਿੱਚ ਸਾਡੇ ਭੈਣਾਂ ਭਰਾਵਾਂ ਛੋਟੇ ਛੋਟੇ ਬੱਚਿਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਸੀ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਦਿੱਲੀ ਦੇ ਵਿੱਚ ਸਾੜੇ ਗਏ। ਸੋ ਅਗਲੀ ਆਪਾਂ ਗੱਲ ਕਰ ਲੈਂਦੇ ਫਿਰ ਗੋਧਰਾ ਕਾਂਡ ਜੇ ਉਸ ਸਮੇਂ ਦੇ ਕਤਲੇਆਮ ਜਿਹਨਾਂ ਨੇ ਕੀਤਾ ਉਹਨਾਂ ਨੂੰ ਜੇ ਸਜ਼ਾਵਾਂ ਮਿਲੀਆਂ ਹੋਣੀਆਂ ਤੇ ਫਿਰ ਗੋਧਰਾ ਕਾਂਡ ਨਹੀਂ ਸੀ ਹੋਣਾ। ਉੱਥੇ ਸਾਡੇ ਮੁਸਲਮਾਨ ਭਰਾਵਾਂ ਦੀਆਂ ਟ੍ਰੇਨਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਉਹਨਾਂ ਦੀਆਂ ਲਾਸ਼ਾਂ ਸੜ ਕੇ ਸਵਾਹ ਹੋ ਗਈਆਂ। ਸੋ ਅੱਜ ਮੋਦੀ ਲਗਾਤਾਰ ਭਗਵਾ ਕਰਨ ਦੀ ਸਪੋਰਟ ਕਰ ਰਿਹਾ ਵਾ। ਵੀਰੋ ਇੱਥੇ ਮੈਨੂੰ ਇੱਕ ਗੱਲ ਯਾਦ ਆਈ, ਸ਼ਹੀਦ ਅਜਮਲ ਸਰਦਾਰ ਭਗਤ ਸਿੰਘ ਜੀ ਨੇ ਇਹ ਗੱਲ ਕਹੀ ਸੀ, ਕਹਿੰਦਾ ਸਰਫਰੋਸ਼ੀ ਕੀ ਤਮੰਨਾ, ਸਰਫਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ, ਬਾਜ਼ੂਏ ਕਾ ਦਿਲ ਮੇ ਹੈ ਇਨਕਲਾਬ ਇਨਕਲਾਬ। ਆਪਾਂ ਸਾਰੇ ਅੱਜ ਜਾਣਦੇ ਹਾਂ ਅੱਜ ਜਿਹੜਾ ਆਪਣਾ ਇੱਕ ਅਲਾਇੰਸ ਬਣ ਗਿਆ 33 ਜਥੇਬੰਦੀਆਂ ਦਾ, ਆਪਾਂ ਇਕਮੁੱਠ ਹੋ ਗਏ ਹਾਂ, ਇਕੱਠੇ ਹੋ ਗਏ ਹਾਂ। ਸੋ ਜੇ ਹੁਣ ਇਹ ਜਿਹੜੇ ਮੋਦੀ ਦੇ ਚਮਚੇ ਆ ਜੇ ਘਰਾਂ ਚ ਆਪਣੇ ਪਿੰਡਾਂ ਚ ਹੁਣ ਬਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਲਗਭਗ ਸਾਰੀਆਂ ਪੰਚਾਇਤਾਂ ਨੇ ਇਹ ਬਾਈਕਾਟ ਕੀਤਾ ਇਹਨਾਂ ਦਾ ਵੀ ਅਸੀਂ ਇਹਨਾਂ ਨੂੰ ਜਿਹੜੀ ਵੋਟ ਨਹੀਂ ਪਾਵਾਂਗੇ, ਜਿਹੜਾ ਕਿਸਾਨ ਵਿਰੋਧੀ ਆ ਉਹਨੂੰ ਅਸੀਂ ਵੋਟ ਨਹੀਂ ਪਾਵਾਂਗੇ, ਉਹ ਸਾਡੇ ਪਿੰਡ ਚ ਨਾ ਆਵੇ। ਸੋ ਅੱਜ ਜੌਣੇ ਕੇ ਪਿੰਡ ਦੇ ਬਾਹਰ ਆਪਾਂ ਇੱਥੇ ਬਾਈਪਾਸ ਤੇ ਹਾਈਵੇ ਤੇ ਧਰਨਾ ਲਾਇਆ ਵਾ, ਇਹ CID ਤੱਕ ਪੂਰੀ ਫੋਰ ਪਹੁੰਚਣੀ, ਜੋ ਇਹ ਪਹੁੰਚਣੀ ਹੈ ਸੂਬਾ ਸਰਕਾਰ ਨੂੰ, ਇਹ ਪਹੁੰਚਣੀ ਹੈ ਕੇਂਦਰ ਨੂੰ, ਇਹ ਸਿੱਧੀ ਰਾਜਪਾਲ ਤੇ CID ਨੇ ਦੇਣੀ ਆ ਰਿਪੋਰਟ ਵੀ ਅੱਜ ਕੀ ਚੱਲ ਰਿਹਾ ਸੀ, ਕੀ ਕਿਸਾਨ ਕਰ ਰਿਹਾ ਸੀ, ਕੀ ਨਹੀਂ। ਸੋ ਸਾਥੀਓ ਆਓ ਇੱਕ ਵਾਰੀ ਰੱਜ ਕੇ ਮਾਹੌਲ ਨੂੰ ਥੋੜਾ ਦਮਿਆ ਕਰੀਏ, ਸੁਸਤੀ ਨਾ ਪਵੇ। ਸੋ ਆਓ ਕੁਝ ਨਾਰੇ ਲੱਗ ਕੇ ਇਨਕਲਾਬੋ ਇਨਕਲਾਬੋ ਇਨਕਲਾਬ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਇਨਕਲਾਬੋ ਇਨਕਲਾਬੋ ਇਨਕਲਾਬ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਮੇਰਾ ਪਾਓ ਹਾਲੇ ਆਪਾਂ ਮੋਦੀ ਨੂੰ ਢਾਉਣਾ ਵਾ ਤੇ ਉਹਨੇ ਹੈਗੀ ਢਾਣਾ ਉਹ ਤਾੜਾ ਸਾਹ ਤੇ ਤਗੜੇ ਸਾਹ ਨੂੰ ਜਦੋਂ ਆਪਾਂ ਢਾਉਣਾ ਹੋਵੇ ਨਾ ਉਹਨੂੰ ਜ਼ੋਰ ਵੀ ਪੂਰੇ ਲੱਗਦੇ ਆ। ਸੋ ਦੱਬ ਕੇ ਰੱਖੋ ਕੰਮ ਨੂੰ ਤੇ ਉੱਚੀ ਦਿਗਾਰਾ ਛੱਡੋ, ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ। ਕਹੋਗਾ ਹਮ ਕਿਆ ਚਾਹਤੇ, ਤੁਮ ਕਹਣਾ ਆਜ਼ਾਦੀ, ਇਹ ਦਿੱਲੀ ਚ ਤੁਸੀਂ ਨਾਰੇ ਸੁਣੇ ਹੋਏ ਆ, ਕਦੇ ਜੇਰਿੰਗ ਦੇ ਕਰਦਾ ਹਮਲੇ, ਕਦੇ ਕਰਦਾ ਵਾ ਜਿਹੜੀ ਸਾਡੀ ਜਾਮੀਆ ਯੂਨੀਵਰਸਿਟੀ ਹੋ ਰਹੇ ਉੱਥੇ ਸਾਡੇ ਨੌਜਵਾਨਾਂ ਦੇ ਉੱਤੇ ਲਗਾਤਾਰ ਘੜੀਏ ਕਮਾਨ ਤੇ ਪਰਚੇ ਕੱਟੇ ਜਾਂਦੇ ਦਿੱਲੀ ਦੇ ਵਿੱਚ। ਇਹ ਸਰਕਾਰ ਇੱਥੇ ਇਕੱਲਾ ਕਿਸਾਨਾਂ ਦੇ ਨਹੀਂ, ਇਹ ਮਜ਼ਦੂਰਾਂ ਦੇ, ਨੌਜਵਾਨਾਂ ਦੇ, ਸਟੂਡੈਂਟਾਂ ਦੇ। ਅੱਜ ਜੇਰਿੰਗ ਨੂੰ ਬੰਦ ਕਰਵਾਉਣਾ ਚਾਹੁੰਦਾ ਕਿਉਂਕਿ ਉਹ ਸਭ ਤੋਂ ਵੱਧ ਇਨਕਲਾਬੀ ਨਿਕਲਦੇ ਆ, ਇਹ ਸਾਰੀਆਂ ਰਣਨੀਤੀਆਂ ਜਿਹੜੀਆਂ ਹੋਈਆਂ। ਸੋ ਆਓ ਆਪਾਂ ਆਜ਼ਾਦੀ ਦੇ ਨਾਅਰੇ ਲਾਈਏ, ਅਰੇ ਹਮ ਕਿਆ ਚਾਹਤੇ ਆਜ਼ਾਦੀ, ਅਰੇ ਹਮ ਕਿਆ ਚਾਹਤੇ ਆਜ਼ਾਦੀ, ਜ਼ੋਰ ਜ਼ੁਲਮ ਕੀ ਟੱਕਰ ਮੇ ਸੰਘਰਸ਼ ਹਮਾਰਾ ਨਾਰਾ, ਜ਼ੋਰ ਜ਼ੁਲਮ ਕੀ ਟੱਕਰ ਮੇ ਸੰਘਰਸ਼ ਹਮਾਰਾ ਨਾਰਾ ਹੈ, ਜ਼ੋਰ ਜ਼ੁਲਮ ਕੀ ਟੱਕਰ ਮੇ ਸੰਘਰਸ਼ ਹਮਾਰਾ ਨਾਰਾ ਹੈ। ਜ਼ੁਲਮੀ ਜਾਬੀ ਜ਼ੁਲਮ ਕਰੇਗਾ ਸੱਤਾ ਕੇ ਹਥਿਆਰੋਂ ਸੇ, ਤੁਸੀਂ ਕਹਿਣਾ ਚੱਪਾ ਚੱਪਾ ਖੋਜ ਉੱਠੇਗਾ ਇਨਕਲਾਬ ਕੇ ਨਾਰੋਂ ਸੇ, ਜ਼ੁਲਮੀ ਜਾਬੀ ਜ਼ੁਲਮ ਕਰੇਗਾ ਸੱਤਾ ਕੇ ਹਥਿਆਰੋਂ ਸੇ, ਚੱਪਾ ਚੱਪਾ ਗੂੰਜ ਉੱਠੇਗਾ ਇਨਕਲਾਬ ਕੇ ਨਾਰੋਂ ਸੇ, ਜ਼ੁਲਮੀ ਜਾਬੀ ਜ਼ੁਲਮ ਕਰੇਗਾ ਸੱਤਾ ਕੇ ਹਥਿਆਰੋਂ ਸੇ, ਚੱਪਾ ਚੱਪਾ ਗੂੰਜ ਉੱਠੇਗਾ ਇਨਕਲਾਬ ਕੈਪਟਨ ਮਾਮਾ ਚੋਰ ਮੈਂ ਮੋਦੀ 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 ਚੋਰ ਹੈ ਠੀਕ ਹੈ। ਸੋ ਕੋਈ ਨਹੀਂ ਪੈ ਸਾਰੇ ਚੋਰਾ ਤੇ ਆਰਾਮ ਨਾਲ ਚੱਲਿਓ, ਗਲੀ ਗਲੀ ਮੈਂ ਚੋਰ ਹੈ ਮੋਦੀ ਮਾਮਾ ਚੋਰ ਹੈ, ਗਲੀ ਮੈਂ ਚੋਰ ਹੈ ਮੋਦੀ ਮਾਮਾ ਚੋਰ ਹੈ, ਗਲੀ ਮੈਂ ਚੋਰ ਹੈ ਮੋਦੀ ਮਾਮਾ ਚੋਰ ਹੈ। ਮੋਦੀ ਤੈਨੂੰ ਚਾਹਤਿਆਂ ਕੇ ਤੁੰਗਾ ਤੌਰ ਤੇ ਬੂਟਾ ਰੱਖ ਦਿਆਂਗੇ, ਉਹ ਤੋਂ ਪਹਿਲਾਂ ਆਪਾਂ ਕਹਿਣਾ ਇਹ ਸਰਕਾਰਾਂ ਕਰਦੀਆਂ ਕੀ, ਤੁੰਗਾ 400 ਵੀ ਇਹ ਸਰਕਾਰਾਂ ਕਰਦੀਆਂ ਕੀ, ਹੇਰਾ ਫੇਰੀ 400 ਵੀ ਇਹ ਸਰਕਾਰਾਂ ਕਰਦੀਆਂ ਕੀ, ਹੇਰਾ ਫੇਰੀ 400 ਵੀ 400 ਵੀ ਨੂੰ ਚੱਕ ਦੇਾਂਗੇ, ਬਹੁਤ ਹੀ ਜੋਸ਼ਨਾ ਨਾਰੇ ਰਾਏ ਤੋਂ ਖੁਸ਼ੀ ਹੁੰਦੀ ਜਦੋਂ ਕਿਸਾਨ ਵੀਰ ਤਰ੍ਹਾਂ ਹੀ ਨਿਕਲਦੇ ਆ। ਸੋ ਵੀਰੋ ਜਦੋਂ ਅਗਲੀ ਵਾਰ ਕੋਈ ਐਕਸ਼ਨ ਆਵੇ RDS ਦਾ, ਅੱਜ ਜਿੰਨੇ ਆਪਾਂ ਲੋਕ ਬੈਠੇ ਆ ਆਪਾਂ ਡੀਅਰ ਐਂਡ ਡੀਅਰ, ਜਾਣੀ ਕਿ ਇੱਕ ਇੱਕ ਪਤਾ ਹੀ ਹੋਰ ਨੀ ਹੈਗੀ ਤੁਹਾਨੂੰ ਕੱਖ ਹੋਏਗਾ ਠੀਕ ਹੈ ਨਾ। ਸੋ ਵੀਰੋ ਅਗਲੀ ਵਾਰ ਇੱਕ ਇੱਕ ਜਾਣਾ ਹੋਰ ਨਾਲ ਲੈ ਕੇ ਆਉਣਾ ਵਾ। ਸੋ ਇਸੇ ਤਰੀਕੇ ਦਾ ਜੇ ਉਹ ਕਹਿੰਦੇ ਨੇ ਕਿ ਇੱਕ ਵਾਰ ਚਿੜੀ ਜੰਗਲ ਚੱਕ ਲਾ ਕੇ, ਕੋਈ ਸਮਾਂ ਜ਼ਿਆਦਾ ਹੁੰਦਾ ਇਹਦਾ, ਜ਼ਿਆਦਾ ਸਮਾਂ ਹੀ ਲੈਣਾ ਮੈਂ ਪਾਰਟੀ ਕਰਨੀ ਲੋਕਾਂ ਨੇ ਮੱਥੇ ਰੱਖਿਆ ਵੀ ਸਾਧੂ ਬੈਠੇ ਕਿਸਾਨ ਵੀਰ। ਸੋ ਚਿੜੀ ਹੀ ਦੇ ਥੋੜਾ ਵੀ ਚੋਲੀ ਪਾਣੀ।